ਜਸਵੰਤ ਸਿੰਘ ਕੰਵਲਜੀ ਦੁਆਰਾ ਲਿਖਿਆ ਨਾਵਲ ਪੁਰਨਮਾਸ਼ੀ ਭਾਗ 15 ਪੈਗੇ ਮਾਮਲੇ ਭਾਰੀ ਨਰਮ ਸ਼ਰੀਰਾਂ ਨੂੰ ਰੂਪ ਜਗੀਰ ਨੂੰ ਘੋੜੀ ਸਮੇਤ ਸੈਦ ਕਬੀਰ ਰਟਕਣ ਲਈ ਕਹਿ ਗਿਆ ਤੇ ਆਪ ਖਾਕੀ ਚਾਦਰੇ ਦੀ ਬੁਕਲ ਮਾਰ ਫਰਮਾਹਾਂ ਵਾਲੇ ਖੂਹ ਨੂੰ ਤੁਰ ਪਿਆ ਹਨੇਰਾ ਪਲੋ ਬਲੀ ਵਾਦਾ ਜਾ ਰਿਹਾ ਸੀ ਖੂਹ ਤੋਂ ਥੋੜਾ ਹਟਵਾ ਉਹ ਇੱਕ ਫਰਮਾਹ ਹੇਠ ਬੈਠ ਗਿਆ ਦਰਖਤ ਹੇਠ ਹਨੇਰਾ ਹੋਣ ਕਰਕੇ ਸੰਗਣਾ ਹੋ ਗਿਆ ਸੀ ਤੇ ਖਾਕੀ ਚਾਦਰੇ ਦੀ ਬੁਕਲ ਵਿੱਚ ਉਹ ਨੇੜੇ ਖਲੋਤੇ ਆਦਮੀ ਨੂੰ ਵੀ ਨਹੀਂ ਸੀ ਦਿਸਦਾ ਬਰਮਾ ਦੀ ਵਲਾਂ ਵਾਲੇ ਪੱਤਿਆਂ ਵਿੱਚ ਦੀ ਸਰਕਦੀ ਹਵਾ ਸ਼ੂਕ ਰਹੀ ਸੀ ਮੁੱਛਾਂ ਵਾਲੇ ਟਕੂਏ ਨੂੰ ਉਹ ਵਾਰ-ਵਾਰ ਬੰਜਰ ਜ਼ਮੀਨ 'ਚ ਖੋਬ ਰਿਹਾ ਸੀ ਤੇ ਝਟਕੂ ਪਿੱਛੋਂ ਆਪਣਾ ਡੱਬ ਚ ਲੁਕੋਏ ਹੋਏ 6 ਗੋਲੀ ਦੇ ਜਰਮਨੀ ਪਿਸਤਲ ਨੂੰ ਟੋਹਦਾ ਉਹਦਾ ਹੌਸਲਾ ਕਹਿ ਰਿਹਾ ਸੀ ਕਿ ਪਿਸਤਲ ਦੀ ਸਹਾਇਤਾ ਨਾਲ ਅੱਗੇ ਵਧਦੇ ਹਰ ਵਿਰੋਧੀ ਦੀ ਹਿੱਕ ਨੂੰ ਪਾੜ ਸੁੱਟਾਂਗਾ ਹਥਿਆਰਾਂ ਨਾਲ ਸਦਨ ਬੰਦ ਹੋ ਕੇ ਜਵਾਨੀ ਵਿੱਚ ਕਿਸੇ ਵੀ ਖਤਰੇ ਦਾ ਮੁਕਾਬਲਾ ਹੋ ਸਕਦਾ ਹੈ ਜਵਾਨੀ ਦੇ ਲਹੂ ਵਿੱਚ ਕੁਦਰਤੀ ਅਜੀਹਾ ਨਸ਼ਾ ਹੁੰਦਾ ਹੈ ਜਿਹੜਾ ਸੋਚਣ ਲਈ ਘੱਟ ਤੇ ਟੱਕਰਨ ਲਈ ਵਧੇਰੇ ਉਤਸ਼ਾਹ ਦਿੰਦਾ ਹੈ ਉਹ ਸੋਚ ਰਿਹਾ ਸੀ ਜੇ ਚੰਨੋ ਜਾਣਾ ਮੰਨ ਜਾਵੇ ਅੱਜ ਨਾਲੋਂ ਕਿਤੇ ਹੋਰ ਮੌਕਾ ਨਹੀਂ ਮਿਲ ਸਕਦਾ ਨੇਰੀਆਂ ਰਾਤਾਂ ਘੋੜੀ ਤੇ ਹਥਿਆਰ ਨਿਤ-ਨਿਤ ਨਹੀਂ ਜੁੜ ਸਕਦੇ ਅੱਜ ਤਾਂ ਸਾਰਾ ਪਿੰਡ ਵੀ ਉੱਠ ਖਲੋਵੇ ਮਾਰ-ਮਾਰ ਕੇ ਗੋਲੀਆਂ ਸਭ ਦੇ ਮੂੰਹ ਭਵਾ ਦਿਆਂਗਾ ਬਹੁਤੀਆਂ ਸੋਚਾਂ ਵੀ ਕਦੇ ਕੁਝ ਸਿਰੇ ਨਹੀਂ ਲੱਗਣ ਦਿੰਦੀਆਂ ਉਦੋਂ ਹੀ ਕਿਸੇ ਹਲਟ ਵਿੱਚ ਗਾਂਦੀ ਵਿੱਚ ਠੱਕ ਕੇ ਸੋਟੀ ਆ ਮਾਰੀ ਤਰੂਪ ਸੋਟੀ ਦੀ ਆਵਾਜ਼ ਤੇ ਧਰਮ ਗਿਆ ਉਸਨੇ ਝਾਟੀ ਆਪਣਾ ਪਿਸਟਲ ਡੱਬ ਚੋਂ ਬਾਹਰ ਕੱਢ ਕੇ ਮੁੱਠ ਚ ਲੈ ਲਿਆ ਤੇ ਤੇਜ਼ ਨਜ਼ਰਾਂ ਸੁੱਟ ਕੇ ਆਦਮੀ ਨੂੰ ਪਛਾਣਨ ਦਾ ਯਤਨ ਕੀਤਾ ਉਪਰੇ ਆਦਮੀ ਨੇ ਖਿੱਚਵਾਂ ਜਿਹਾ ਖੰਗੂਰਾ ਮਾਰਿਆ ਰੂਪ ਨੇ ਝਾਟੀ ਪਛਾਣ ਲਿਆ ਕਿ ਇਹ ਦਿਆਲਾ ਹੈ ਉਸਨੇ ਵੀ ਮੋੜਵਾਂ ਖੰਗੂਰਾ ਮਾਰਿਆ ਤੇ ਪਿਸਟਲ ਦੀ ਨਾਲੀ ਧਰਤੀ ਵੱਲ ਨੀਵੀਂ ਕਰ ਲਈ ਕਿਹੜਾ ਦਿਆਲੇ ਨੇ ਬਹੁਤ ਥੋੜੀ ਜਿਹੀ ਪੁੱਛਿਆ ਜਿਸ ਨੂੰ ਖੇਤਕੂ ਦੀ ਵਿੱਤ ਤੋਂ ਰੂਪ ਨੇ ਮਸਾਂ ਸੁਣਿਆ ਸੀ ਆਪਣਾ ਹੀ ਹੈ ਵਾਈ ਰੂਪ ਨੇ ਉਸ ਤੋਂ ਵੀ ਹੋਲੀ ਉੱਤਰ ਦਿੱਤਾ ਨੇੜੇ ਆਏ ਦਿਯਾਲੇ ਨੇ ਰੂਪ ਨਾਲ ਕੁਸਰਮੂਸਰ ਆਰੰਭ ਕੀਤੀ ਕਦੋਂ-ਕਦਾਂ ਆਇਆ ਬਹੁਤਾ ਚਿਰ ਨਹੀਂ ਹੋਇਆ ਤੂੰ ਸੁਨਾ ਸਨੇਹਾ ਪੁੱਛਦਾ ਸੀ ਹਾਂ ਆਏਗੀ ਜ਼ਰੂਰ ਪਰ ਇਹ ਨਹੀਂ ਬਤਾ ਕਿ ਕਦੋਂ ਦਾ ਲੱਗੇ ਰੂਪ ਨੂੰ ਹੀ ਸੁੱਤਰ ਨਾਲ ਕੁਝ ਮਿਲ ਗਿਆ ਉਸਦੇ ਅਹਿਸਾਸ ਵਿੱਚ ਮੋਈਆਂ ਮੁਸਕਾਨਾਂ ਜਾਗ ਪਈਆਂ ਖੈਰ ਉਹ ਆਏਗੀ ਤਾਂ ਸਹੀ ਉਹਦੇ ਲਈ ਮੈਂ ਸਾਲਾਂ ਬੱਧੀ ਉਡੀਕ ਕਰ ਸਕਦਾ ਹਾਂ ਜਦ ਮਨੁੱਖ ਆਪਣੇ ਆਦਰਸ਼ ਵੱਲ ਰੁੜਦਾ ਹੈ ਪ੍ਰਾਪਤੀ ਤੇ ਆਨੰਦ ਵਿੱਚ ਮਸਤ ਤੋਂ ਖੀਵਾ ਤੇ ਖੀਵੇ ਤੋਂ ਵਸਮਾਦ ਹੁੰਦਾ ਜਾਂਦਾ ਪਰ ਜਦ ਸਾਹਮਣੇ ਮੰਜ਼ਲ ਨਾ ਦੱਸੇ ਤਦ ਚਿੱਟੀ ਦੁਪਹਿਰ ਵੀ ਕੋਰ ਮਸਿਆ ਤੇ ਪੂਰ ਜਵਾਨੀ ਇੱਕ ਜਿਉਂਦੀ ਲਾਸ਼ ਬਣ ਜਾਂਦੀ ਹੈ ਮੇਰੀ ਕੋਈ ਲੋੜ ਹੈ ਦਿਆਲੇ ਨੇ ਸੋਟੀ ਦੇ ਸਿਰੇ ਤੇ ਪਾਲੇ ਦਾ ਪੇਚ ਕੱਸਦਿਆਂ ਪੁੱਛਿਆ ਨਹੀਂ ਜ਼ਗੀਰ ਘੋੜੀ ਲਈ ਪਿੱਛੇ ਖਲੋਤਾ ਹੈ ਮੈਂ ਜਾਣ ਕੇ ਉਸ ਨੂੰ ਸੈਦ ਕਬੀਰੋਂ ਛੱਡ ਆਇਆ ਹਾਂ ਮੈਂ ਬਾਈ ਹਰ ਤਰ੍ਹਾਂ ਤਿਆਰ ਹਾਂ ਜਿਵੇਂ ਸਲਾਹੇ ਵਰਤ ਲੈ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਸਮਝਣਾ ਦਿਆਲੇ ਨੇ ਪੂਰੇ ਦਿਲ ਨਾਲ ਯਾਰੀ ਦੀ ਵਫਾ ਨਿਵਾਉਣ ਲਈ ਆਪਣਾ ਆਪਾ ਪੇਸ਼ ਕੀਤਾ ਯਾਰ ਹੋਏ ਤਾਂ ਤੇਰੇ ਵਰਗਾ ਪਰਾ ਤੇਰੀ ਤਾਂ ਇੰਨੀ ਮਿਹਰਬਾਨੀ ਬੜੀ ਐ ਰੂਪ ਨੇ ਦਿਆਲੇ ਤੇ પ્રસન્ન ਹੁੰਦੇ ਆਂ ਅੱਖਿਆ ਪਰ ਬਾਈ ਹਾਲੇ ਤਾਂ ਇਹ ਵੀ ਨਹੀਂ ਪਤਾ ਕਿ ਚੰਨੋ ਮੰਨੇਗੀ ਜਾਂ ਨਹੀਂ ਜੋਰਾ ਜ਼ਬਰੀ ਮੈਂ ਵੀ ਨਹੀਂ ਲੈ ਕੇ ਜਾਣੀ ਅੱਛਾ ਦੇਖੋ ਕਿ ਰੱਬ ਕਿਹੜੀਆਂ ਗੱਲਾਂ 'ਚ ਰਾਜੀ ਐ ਅਖੀਰ ਤੇ ਰੂਪ ਨੇ ਇੱਕ ਹੋਂਕਾ ਲਿਆ ਦੋਵੇਂ ਥੋੜਾ ਚਿਰ ਚੁੱਪ ਹੋ ਗਏ ਦੂਰ ਗਿੱਦੜ ਹੋਕ ਰਹੇ ਸਨ ਬਿੰਡਿਆਂ ਤੇ ਟਿੰਡਿਆਂ ਦੀ ਟੀਂ-ਚੀਂ ਦੀ ਲਗਾਤਾਰ ਆਵਾਜ਼ ਹਨੇਰੇ ਨੂੰ ਸੋ ਜਾਣ ਲਈ ਲੋਰੀਆਂ ਦੇ ਰਹੀ ਸੀ ਰੂਪ ਮੁੜ ਮੁੜ ਕੇ ਖੂ ਦੀ ਪਹੀਵਲ ਤੱਕਦਾ ਸੀ ਸਾਰੇ ਇੱਕੋ ਹਨੇਰੇ ਰੱਬ ਦੀ ਕਾਲੀ ਕੰਬਲੀ ਬਣਿਆ ਪਿਆ ਸੀ ਰੂਪ ਸੋਚ ਰਿਹਾ ਸੀ ਜੇ ਚੰਨੋ ਜਾਣਾ ਮੰਨ ਗਈ ਤਾਂ ਮੇਰਾ ਸਭ ਕੁਝ ਵਿਗੜਿਆ ਠੀਕ ਹੋ ਜਾਏਗਾ ਫਿਰ ਉਸਦੇ ਅਨੁਭਵ ਵਿੱਚ ਚੰਨੋ ਉਸਦੀ ਪਤਨੀ ਬਣ ਕੇ ਉਸਦੇ ਘਰ ਨੂੰ ਛਾੜ ਤੇ ਸਵਾਰ ਰਹੀ ਹੈ ਛੜਿਆਂ ਦਾ ਤਵੇਲਾ ਇੱਕ ਚੰਗਾ ਕਰ ਕਬੀਲਦਾਰ ਬਣ ਗਿਆ ਹੈ ਉਸ ਦੀ ਚੰਨੀ ਨੂੰ ਆਂਡਣਾ ਗਵਾੰਡਣਾ ਵੇਖਣ ਆਉਂਦੀਆਂ ਨਹੀਂ ਜਿਸ ਵਿੱਚੋਂ ਇੱਕ ਬਚਨੂ ਵੀ ਹੈ ਬਚਨੂ ਦਾ ਖਿਆਲ ਆਉਂਦਿਆਂ ਹੀ ਨਫ਼ਰਤ ਦੀ ਧੁੜਤੜੀ ਲੈ ਕੇ ਉੱਭਰਿਆ ਖੜੋਤੀ ਮੀਥਣੀ ਐਵੇਂ ਹੀ ਉਸ ਨੂੰ ਕਈ ਗਾਲਾਂ ਕੱਢ ਗਿਆ ਚੰਨੋ ਨੇ ਪਿਆਰ ਨੇ ਰੂਪ ਦੇ ਦਿਲ ਵਿੱਚ ਜ਼ਿੰਦਗੀ ਦੀ ਕੀਮਤ ਦਾ ਅਹਿਸਾਸ ਕਈ ਗੁਣਾ ਵਧਾ ਦਿੱਤਾ ਸੀ ਵਾਸਤਵ ਵਿੱਚ ਜ਼ਿੰਦਗੀ ਮੁਕੰਮਲ ਹੀ ਉਦੋਂ ਹੁੰਦੀ ਹੈ ਜਦੋਂ ਇਨਸਾਨ ਪਿਆਰ ਵਿੱਚ ਆ ਜਾਂਦਾ ਹੈ ਬਚਨੋਂ ਉਸ ਨੂੰ ਲੱਖ ਚਾਹੁੰਦੀ ਸੀ ਪਰ ਕੋਈ ਖੁਦਗਰਜ਼ ਕਾਮਨਾ ਦਿਲ ਦਾ ਤਖਤ ਨਹੀਂ ਮਲ ਸਕਦੀ ਚੰਨੋਂ ਦਾ ਸਾਖ ਟੁੱਟ ਜਾਣ ਨਾਲ ਰੂਪ ਦੇ ਦਿਲ ਅੰਦਰ ਉਸ ਨੂੰ ਪਾਉਣ ਦੀ ਖਿੱਚ ਹੋਰ ਵੀ ਵੱਧ ਗਈ ਸੀ ਤੇ ਉਸ ਦੇ ਉਲਟ ਬਚਨੋਂ ਨਾਲ ਕਿਰਨਾ ਉਸਨੂੰ ਕੋਈ ਪਤਾ ਨਹੀਂ ਸੀ ਕਿ ਚੰਨੋ ਦਾ ਸਾਖ ਤੋੜਨ ਵਿੱਚ ਬਚਨੋ ਦਾ ਕੋਈ ਹੱਥ ਹੈ ਪਰ ਫਿਤਰਤ ਨੇ ਉਸ ਦੀਆਂ ਅੱਖਾਂ ਅੱਗੇ ਪਿਆਰ ਭੁਲੇਖਿਆਂ ਦੇ ਪਰਦਿਆਂ ਨੂੰ ਚੀਰ ਸੁੱਟਿਆ ਸੀ ਇਹ ਵੀ ਕਿਸ ਤਰ੍ਹਾਂ ਹੋ ਸਕਦੀ ਸੀ ਕਿ ਉਹ ਪ੍ਰਤੱਖ ਸੱਚਾਈ ਦੇ ਸਾਹਮਣੇ ਵਫਾ ਤੇ ਜਫਾ ਦੀਆਂ ਛਤਲਾਂ ਨਾ ਪਛਾਣ ਸਕਦਾ ਸਿੱਧਕ ਅਤੇ ਛਲ ਦੇ ਵਤੀਰੇ ਨੂੰ ਨਾ ਸਮਝ ਸਕਦਾ ਉਸ ਦੇ ਦਿਲ ਸਾਗਰ ਵਿੱਚ ਨਿਸ਼ਕਾਮ ਅਤੇ ਸਾਕਾਮ ਪਿਆਰ ਦੀਆਂ ਲਹਿਰਾਂ ਦਾ ਟਕਰਾ ਹੋ ਗਿਆ ਤੇ ਸੱਚੇ ਪਿਆਰ ਨੇ ਕੁਦਰਤੀ ਜ਼ਿੰਦਗੀ ਨੂੰ ਜਿੱਤ ਲਿਆ ਰੂਪ ਦਾ ਮਨ ਸੋਚਾਂ ਵਿੱਚ ਪਟਕਾਰੀਆਂ ਮਾਰ ਰਿਹਾ ਸੀ ਉਹ ਬਹੁਤ ਅਰਾਜਾਂ ਵਿੱਚ ਆਪਣੀ ਕਬੂਤਰੀ ਨਾਲ ਉੱਡ ਜਾਣਾ ਚਾਹੁੰਦਾ ਸੀ ਪਰ ਉਹਨਾਂ ਦੇ ਪੈਰਾਂ ਨੂੰ ਬਾਗਾਂ ਦੀ ਡੋਰੀ ਨੇ ਕੱਸ ਕੇ ਬੰਨਿਆ ਹੋਇਆ ਸੀ ਜਿਹੜੀ ਬਾਗੀ ਹੋਏ ਬਿਨਾ ਆਪਣੇ ਆਪ ਨਹੀਂ ਸੀ ਕੱਟੀ ਜਾ ਸਕਦੀ ਉਸਨੇ ਸਮਾਂ ਬਿਤਾਉਣ ਲਈ ਦਿਆਲੋਂ ਨਾਲ ਮੁੜ ਕੇ ਗੱਲਾਂ ਛੋਹ ਦਿੱਤੀਆਂ ਤੇਰੀ ਪੱਠੇ ਦਾ ਕੀ ਹਾਲ ਹੈ ਦਿਆਲਿਆ ਹਾਲ ਬਾਈ ਕਾਦੇ ਆ ਬੋਕੇ ਦਿਹਾੜਿਆਂ ਤੇ ਭੇੜੀਆਂ ਰਾਤਾਂ ਫੇਰ ਵੀ ਹੁਣ ਕਦੇ ਮਿਲੇ ਨਹੀਂ ਮਿਲਣ ਨੂੰ ਤਾਂ ਮਿਲ ਪੈਨੇ ਆ ਪਰ ਸਾਲਾ ਚੋਰਾ ਨਹੀਂ ਜਾਂਦਾ ਬਾਈ ਮਿਲਾਂਗੇ ਹੁਣ ਕਿੰਨਾ ਕੁ ਚਿਰ ਇੱਕ ਵਾਰੀ ਆਖਿਆ ਸੀ ਚੱਲ ਕਲਕੱਤੇ ਚਾਚੇ ਕੋਲ ਉੱਠ ਚੱਲਦੇ ਆ ਮੰਨਦੀ ਨਹੀਂ ਉਹ ਆਖਦੀ ਐ ਕੁਝ ਖਾ ਕੇ ਇਕੱਠੇ ਮਰ ਜਾਂਦੇ ਆ ਮਰਨ ਨੂੰ ਪਿਆਰ ਐ ਤੁਰਨ ਨੂੰ ਨਾ ਨੁੱਕਰ ਕਰਦੀ ਐ ਰੂਪ ਨੂੰ ਪਤਾ ਨਹੀਂ ਸੀ ਕਿ ਜਿਹੜਾ ਸਮਾਜ ਜ਼ਿੰਦਗੀ ਦੀਆਂ ਕੁਦਰਤੀ ਰੂਚੀਆਂ ਨੂੰ ਦਿਹਾੜੀ ਵਿੱਚ ਕਈ ਵਾਰ ਕਤਲ ਕਰਦਾ ਉਸ ਵਿੱਚ ਜਿਉਣ ਨਾਲ ਮਰਨਾ ਕਿੰਨਾ ਸੁਖਾਲਾ ਐ ਪਤਾ ਨਹੀਂ ਕਿਸ ਸੱਪ ਲੜਦਾ ਅਸਲ ਬਾਈ ਰਨ ਜਿੰਨੀ ਵੇਖਣੀ ਚੱਖਣੀ ਚੰਗੀ ਦਿਂਦੀ ਹੈ ਨਾ ਦਿਲ ਜੇਰੇ ਵੱਲੋਂ ਸੁੱਖ ਸਾੰਧੀ ਹੈ ਨਿਰੀ ਮਿੱਟੀ ਅਵਿਦਿਆ ਕਾਰਨ ਉਹ ਦੋਵੇਂ ਹੀ ਨਹੀਂ ਜਾਣਦੇ ਸਨ ਕਿ ਇਸਤਰੀ ਨੂੰ ਮਰਦ ਦੀ ਸਮਾਜਿਕ ਗੁਲਾਮੀ ਤੇ ਦਬਾਵੇ ਨੂੰ ਅਸਲੋਂ ਜ਼ਿੰਦਗੀ ਨਰਜਿੰਦ ਕਰਕੇ ਛੱਡਿਆ ਉਸ ਦੀ ਹਰ ਕੁਦਰਤੀ ਖੁੱਲ ਅਤੇ ਮੰਗ ਨੂੰ ਮੋਂਦੇ ਮਾਰੀ ਰੱਖੇ ਹਨ ਤੇ ਇੱਕ ਰੋਗੀ ਕੈਦ ਵਿੱਚ ਉਹ ਕੇਵਲ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਬਣ ਕੇ ਰਹਿ ਗਈ ਹੈ ਜ਼ਿੰਦਗੀ ਵੀ ਜਦ ਵੀ ਜ਼ਿੰਦਗੀ ਕਰੜੇ ਇਮਤਿਹਾਨ ਵਿੱਚ ਪੈਂਦੀ ਹੈ ਇਸਤਰੀ ਦੇ ਪੈਰ ਥੜਕ ਜਾਂਦੇ ਹਨ ਕਿਉਂਕਿ ਉਸ ਦੀ ਉਸਾਰੀ ਛੜਕਾਂ ਚੰਬਾਂ ਤੇ ਕਮਜ਼ੋਰ ਅਤੇ ਗੁਲਾਮ ਮਾਹੌਲ ਵਿੱਚ ਹੋਈ ਹੁੰਦੀ ਹੈ ਅਜੇ ਮੌਕੇ ਜੇ ਸ਼ਾਮੋ ਵਰਗੀ ਪਿੰਡੂ ਕੁੜੀ ਸਮਾਜਿਕ ਬਗਾਵਤ ਦਾ ਹਿਆਨਾ ਕਰ ਸਕੇ ਤਾਂ ਦੁਸਤ ਕੀ ਕਸੂਰ ਉਹ ਇੱਕ ਕੁੜੀ ਹੈ ਜਿਸ ਦੀ ਕਿਸਮਤ ਉਸ ਦੇ ਜਰਵਾਣੇ ਮਾਪਿਆਂ ਦੇ ਹੱਥ ਹੈ ਜੰਗਲ ਦੀ ਸ਼ੇਰਨੀ ਨਹੀਂ ਜਿਸ ਦੇ ਅਰਮਾਨਾਂ ਦਾ ਕੋਈ ਖੂਨ ਨਹੀਂ ਕਰ ਸਕਦਾ ਰੂਪਨੇ 라ਵਲ ਤੱਕ ਕੇ ਦਿਆਲੇ ਤੋਂ ਮੁੜ ਚੰਨੋ ਬਾਰੇ ਪੁੱਛਿਆ ਸ਼ੈਮੋ ਨੇ ਕੀ ਆਖਿਆ ਸੀ ਚੰਨੂ ਕਾ ਦਊਗੀ ਬੋਤਾ ਤਾਂ ਟਾਈਮ ਨਹੀਂ ਲੱਗਾ ਬਸ ਐਨਾ ਹੀ ਉੱਤਰ ਮਿਲਿਆ ਕਿ ਆਉਗੀ ਜ਼ਰੂਰ ਜਦ ਵੀ ਮੌਕਾ ਲੱਗਾ ਕੋਈ ਨਹੀਂ ਆਪਣਾ ਵੀ ਜ਼ੇਰਾ ਲੰਮਾ ਹੈ ਤੜਕੇ ਤਾਂ ਹੀ ਉਡੀਕਾਂਗੇ ਛੱਟਬਿੰਦ ਨੂੰ ਆਜੋ ਖੋੜੀ ਡਾਰੀ ਨਾ ਜਾਏ ਰੂਪ ਦੇ ਦਿਲ 'ਚ ਸ਼ੱਕਾਂ ਉੱਤੇ ਅਸਤ ਹੋ ਗਈਆਂ ਨਹੀਂ ਉਹ ਚਿੱਤ ਦੀ ਦਲੇਰ ਹੈ ਹਲੇ ਸ਼ਾਮੋਂ ਡਰਕਲ ਹੈ ਦੋ ਕੁ ਮਿੰਟ ਚੁੱਪ ਰਹਿਣ ਤੋਂ ਬਾਅਦ ਰੂਪ ਨੇ ਦਿਆਲੇ ਨੂੰ ਆਖਿਆ ਤੂੰ ਸੈਦ ਕਬੀਰੋਂ ਜ਼ਗੀਰ ਨੂੰ ਲਿਆ ਉਹ ਲੈਂਦੀਵਾਲ ਦੇ ਖੁੰਝੇ ਹੋਏਗਾ ਡੰਡੀ ਤੋਂ ਖੇਤਖੂ ਦੀ ਵਿੱਥ ਤੇ ਲੈਂਦੀ ਲੈਂਦੀ ਸਿੱਧੇ ਤੁਰਿਆ ਆਇਓ ਜ਼ਗੀਰ ਨੂੰ ਪੂਰੇ ਖਲਾਰ ਕੇ ਪਤਾ ਤੂੰ ਲੈ ਜਾਵੀਂ ਸ਼ਾਇਦ ਉੱਤੋਂ ਤਾਂ ਹੀ ਉਹ ਵੀ ਆ ਜਾਏ ਲੇ ਮੈ ਉਹਨੂੰ ਹੁਣੇ ਲੈ ਆਉਣਾ ਬਿਆਲੇ ਨੇ ਆਪਣਾ ਦੁਪੱਟਾ ਪੱਗ ਦੇ ਉੱਤੋਂ ਦੀ ਕੁੱਟ ਕੇ ਬੰਨ ਲਿਆ ਤੇ ਭਾਲੇ ਜਿਹੜੀ ਸੋਟੀ ਨੂੰ ਨਾਲ ਲੈ ਕੇ ਤੁਰ ਪਿਆ ਇਕੱਲਾ ਰੂਪਮੂਡ ਉਡੀਕ ਦੀਆਂ ਸੋਚਾਂ 'ਚ ਗੋਤੇ ਖਾਣ ਲੱਗਿਆ ਉਹ ਚਾਹੁੰਦਾ ਸੀ ਕਿ ਕਿਹੜਾ ਵੇਲਾ ਹੋਵੇ ਜਦੋਂ ਚੰਨੋਂ ਨੂੰ ਘੋੜੀ ਤੋਂ ਲੈ ਕੇ ਉਡੰਤਰ ਹੋ ਜਾਵੇ ਮਿਰਜੇ ਦੀ ਕਹਾਣੀ ਉਹਦੀਆਂ ਅੱਖਾਂ ਸਾਹਮਣੇ ਫਿਰਨ ਲੱਗੀ ਉਹ ਵੀ ਕਦੇ ਸਾਇਬਾ ਨੂੰ ਘੋੜੀ ਉੱਤੇ ਲੈ ਕੇ ਤੁਰਿਆ ਸੀ ਪਰ ਸਾਇਬਾ ਦੇ ਭਰਾਵਾਂ ਨੇ ਦੋਹੇ ਮਾਰਦੇ ਦੋ ਸੋਹਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੇ ਦੋਸ਼ ਵਿੱਚ ਬੇਤਰਸਾਂ ਨੇ ਕਤਲ ਕਰ ਸੁੱਟਿਆ ਸਾਲੇ ਜ਼ਾਲਮ ਉਨੇ ਸੋਚਿਆ ਕਿ ਸਾਨੂੰ ਵੀ ਕਰਤਾਰੇ ਹੋਰੀ ਨਹੀਂ ਉਹ ਹੱਸ ਪਿਆ ਜਿਵੇਂ ਕਰਤਾਰੇ ਹੋਰਾਂ ਨੂੰ ਧੋਣੋਂ ਫੜ ਕੇ ਟਕਰਾ ਮਾਰੇਗਾ ਮਿਰਜ਼ਾ ਸੂਰਮਾ ਵੀ ਕਦੇ ਆਪਣੇ ਬਲ ਦਾ ਹੰਕਾਰ ਕਰਦਾ ਸੀ ਉਹ ਨਹੀਂ ਉਹ ਸਮੇ ਲੱਦ ਗਏ ਨਾਲੇ ਕਰਤਾਰੇ ਦਾ ਇੰਨਾ ਹੌਸਲਾ ਕਿੱਥੇ ਹੁਣ ਤਾਂ ਤੀਵੀ ਉਸ ਦੀ ਜਿਹਦੇ ਵੱਲ ਹੈ ਬੇਗਾਨਿਆਂ ਦਾ ਜੋਰ ਧਗਾਣਾ ਨਹੀਂ ਫੁੱਗਦਾ ਉਸ ਨੂੰ ਨੇਰੇ ਵਿੱਚ ਕਿਸੇ ਦੀ ਪੈੜਚਲ ਸੁਣਾਈ ਦਿੱਤੀ ਉਹ ਸਾਰੇ ਖਿਆਲ ਫੁਲਾ ਕੇ ਚਕੰਨਾ ਹੋ ਗਿਆ ਸੀ ਜਿੱਥੇ ਚੰਨੋ ਦੇ ਮਿਲਣ ਦੀ ਅਸੰਭਵ ਵੀ ਖੁਸ਼ੀ ਸੀ ਉਸ ਨੇ ਰੇਚਿਕ ਮਨੁੱਖ ਦੀ ਖੂਦ ਹੀ ਪੈੜ ਤੇ ਖਲੋਤਿਆਂ ਤੱਕਿਆ ਰੂਪ ਨੇ ਜਾਣ ਕੇ ਥੋੜਾ ਸਮਾਂ ਉਸ ਨੂੰ ਨਾ ਬੁਲਾਇਆ ਤਾਂ ਕਿ ਤਸੱਲੀ ਕਰ ਲਵੇ ਕਿ ਠੀਕ ਚੰਨੋ ਹੀ ਐ ਉਸ ਨੇ ਠਰਮੇ ਨਾਲ ਖੰਗੂਰਾ ਮਾਰਿਆ ਤਾਂ ਉੱਠ ਕੇ ਪੈੜ ਵੱਲ ਵਧਿਆ ਕੌਣ ਐ ਇੱਕ ਜਨਾਨੀ ਆਵਾਜ਼ ਵਿੱਚ ਕਾਲੀ ਤੇ ਲੜਜ਼ਾ ਦੋਵੇਂ ਕੋਲੇ ਮਿਲੇ ਸਨ ਚੰਨੋ ਐ ਰੂਪ ਨੇ ਚੰਨੋ ਨੂੰ ਪਛਾਣਦਿਆਂ ਪੁੱਛਿਆ ਹਾਂ ਥੋੜਾ ਖੂ ਤੋ ਪਾਸੇ ਹੋ ਜਾਈਏ ਉਸ ਫਰਮਾਹੇਟ ਰੂਪ ਦੇ ਪਿੱਛੇ ਪਿੱਛੇ ਚੰਨੋ ਵੀ ਫਰਮਾਹੇਟ ਆ ਗਈ ਹੁਣ ਤੇਰੀ ਕੀ ਸਲਾਹੇ ਰੂਪ ਨੇ ਛੇਤੀ ਉਹਦੀ ਮਰਜ਼ੀ ਜਾਣਨ ਲਈ ਪੁੱਛਿਆ ਮੇਰੀ ਸਲਾਹ ਤੇਰੀ ਸਲਾਹ ਤਾਂ ਰਹੀ ਕੋਈ ਨਾ ਚੰਨੋ ਨੇ ਭਰੇ ਮਨ ਨਾਲ ਉੱਤਰ ਦਿੱਤਾ ਇਹ ਤਾਂ ਪਤਾ ਹੈ ਪਰ ਹੁਣ ਤੂੰ ਹੌਸਲਾ ਕਰ ਸਕਦੀ ਹੈ ਹੌਸਲਾ ਕਰਕੇ ਵੀ ਕੀ ਕਰਾਂਗੇ ਜਦ ਕਰਮਾਂ ਨੇ ਡਾਣਾ ਦਿੱਤੀ ਚੰਨੋ ਸਿਰ ਹਿਲਾ ਕੇ ਚੋਰਾ ਪ੍ਰਗਟ ਕਰ ਰਹੀ ਸੀ ਕਰਮਾਂ ਦੀ ਤੋ ਚੱਲਣ ਵਾਲੀ ਬਣ ਚੰਨੋ ਇੱਕਦਮ ਸਮਝ ਗਈ ਕਿ ਰੂਪ ਉਸਨੂੰ ਨਿੱਕਲ ਤੁਰਨ ਦੀ ਸਲਾਹ ਬਾਰੇ ਪੁੱਛ ਰਿਹਾ ਹੈ ਉਸ ਦੀਆਂ ਅੱਖਾਂ ਇੱਕ ਵਾਰ ਚੋੜੀਆਂ ਹੋ ਕੇ ਰਹਿ ਗਈਆਂ ਨਿੱਕਲ ਤੁਰਨਾ ਕਿੰਨਾ ਸੋਖਾ ਹੈ ਕੋਈ ਕੀ ਕਹੇਗਾ ਉੱਦਲ ਗਈ ਕਪੂਰਿਆਂ ਦੀ ਜੂ ਮੁਰਕ ਕੇ ਨਾ ਵੇਖ ਸਕਾਂਗੀ ਕਰਤਾਰੇ ਦਾ ਰੂਪ ਸਿਰ ਵੱਡਵਾ ਪੈਰ ਕੋਰੇ ਕੋਣਸ ਵਾਲੇ ਪਣਵਈਏ ਵਿੱਚ ਮਾਰਿਆ ਜਾਵੇ ਪੁਲਿਸ ਕਚਹਿਰੀਆਂ ਵਿੱਚ ਬਿਆਨ ਅਸਲੋ ਖੱਜਲ ਖਵਾਰੀ ਰੂਪ ਉਸ ਦੇ ਮਨ ਵਿੱਚ ਬਣਦੇ ਫੈਸਲੇ ਨੂੰ ਉਡੀਕ ਰਿਹਾ ਸੀ ਜਿਹੜਾ ਉਸ ਲਈ ਜ਼ਿੰਦਗੀ ਮੌਤ ਦਾ ਇੱਕ ਸੁਨੇਹਾ ਬਣ ਕੇ ਰਹਿ ਗਿਆ ਸੀ ਉਸਦੇ ਮਚਲ ਦੇ ਬਲਬਲੇ ਕਹਿ ਰਹੇ ਸਨ ਕਿ ਚੰਨੋ ਉਸ ਨੂੰ ਕਦੇ ਨਿਰਾਸ਼ ਨਹੀਂ ਕਰੇਗੀ ਪਰ ਚੰਨੋ ਦੇ ਅੰਦਰ ਇੱਕ ਖੋਲ ਹੋ ਰਿਹਾ ਸੀ ਰੂਪ ਦੇ ਪਿਆਰ ਸਾਥ ਵਿੱਚ ਮੈਨੂੰ ਸਭ ਕੁਝ ਮਿਲ ਜਾਏਗਾ ਕਿਸੇ ਚੀਜ਼ ਦੀ ਭੁੱਖ ਬਾਕੀ ਨਹੀਂ ਰਹਿ ਜਾਏਗੀ ਪਰ ਮਾਪੇ ਬੜਾ ਕੁਝ ਸੋਚ ਰਹੀ ਸੀ ਪਰ ਉਸ ਦੇ ਪਿੱਛੇ ਅੰਦਰ ਬਾਹਰ ਮੈਨ ਹੈਰਾ ਹੀ ਨੇਰਾ ਸੀ ਜੀਵਨ ਵਿੱਚ ਇੱਕ ਵੀ ਰਿਸ਼ਮ ਕਿਤੋਂ ਭੁੱਲੀ ਵਿਸਰੀ ਉਹਦੇ ਰਹਿਨੁਮਾਈ ਲਈ ਬਹੁਤ ਰਹੀ ਮੁਸੀਬਤ ਹਰ ਮੁਟਿਆਰ ਕੁੜੀ ਦੇ ਜੀਵਨ ਫੈਸਲੇ ਦੀ ਘੜੀ ਆਪ ਹੀ ਪੈਦਾ ਕਰਕੇ ਉਬਰੇ ਹੋਏ ਅਰਮਾਨਾਂ ਨੂੰ ਹੱਥੀਂ ਅੱਗ ਲਾਉਣੀ ਵਰਤਮਾਨ ਦੇ ਬੇਕਦਰੇ ਸਮਾਜ ਵਿੱਚ ਹਰ ਕੁੜੀ ਇੱਕ ਦੁਖਦ ਰੋਮਾਂਚ ਤੇ ਔਰਤ ਜ਼ਿੰਦਗੀ ਦੀ ਮੁਕੰਮਲ ਸ਼ਿਕਦਤ ਬਹੁਤੀਆਂ ਸੋਚਾਂ ਦਾ ਕੀ ਫਾਇਦਾ ਰੂਪ ਬੋਤਾ ਕਾਲਾ ਸੀ ਉਹ ਚਾਹੁੰਦਾ ਸੀ ਕਿ ਚੰਨੋ ਇੱਕ ਵਾਰ ਹਾਂ ਕਹੇ ਤੇ ਫਿਰ ਬੋਂ ਬਾਰਾ ਹੋ ਜਾਣ ਨਾ ਅਈ ਰੂਪ ਇਹ ਨਹੀਂ ਹੋਣਾ ਮੈਥੋਂ ਨਹੀਂ ਹੋਣਾ ਚੰਨੋ ਹੁਬਕੀ ਹੁਬਕੀ ਰੋਣ ਲੱਗ ਪਈ ਰੂਪ ਨੇ ਉਸਦੇ ਜਜ਼ਬਾਤਾਂ ਦੀ ਪਰਵਾਹ ਨਾ ਕਰਦੇ ਆ ਤਾਨਾ ਮਾਰਿਆ ਬਸ ਇਹੀ ਪਿਆਰ ਸੀ ਪਿਆਰ ਚੰਨ ਨੂੰ ਯੂ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਸੜਤੀ ਸੜਤੀ ਛੁਰੀ ਨਾਲ ਉਹਦੀ ਹਿੱਕ ਚੀਰ ਸੁੱਟੀ ਏ ਪਿਆਰ ਵੇਖਣਾ ਲੈ ਵੇਖ ਉਹ ਉਦੋਂ ਹੀ ਪਛਾਣ ਨੂੰ ਰੋ ਵੱਲ ਮੁੜ ਪਈ ਤੇ ਰੂਪ ਦੇ ਤਾਨੇ ਨੇ ਉਸਦੀ ਪਿਆਰ ਰਣਕ ਨੂੰ ਜ਼ਖਮੀ ਕਰ ਸੁੱਟਿਆ ਇਹ ਪਿੱਛੇ ਕਿਉਂ ਮੁੜੀ ਰੂਪ ਨੇ ਮਨ ਚਾਖਿਆ ਫਿਰ ਉਸਨੇ ਖਿਆਲ ਕੀਤਾ ਕਿ ਇਹ ਤਾਂ ਖੂਹ ਵਿੱਚ ਛਾਲ ਮਾਰਨ ਲਈ ਵਗੀ ਜਾ ਰਹੀ ਹੈ ਉਸਰ ਤੋੜ ਭੱਜਿਆ ਤੇ ਭੱਜੇ ਆਉਂਦੇ ਦਾ ਚਾਦਰ ਆ ਇੱਕ ਪੈਰ ਹੇਠ ਆ ਗਿਆ ਉਸਦੇ ਚਾਦਰੇ ਦੀ ਗੰਢ ਖਿਸਕ ਗਈ ਤੇ ਡਿੱਗਦੇ ਪਿਸਤੌਨ ਨੂੰ ਉਸਨੇ ਮਸਾਂ ਬੋਚਿਆ ਹਿੰਮਤ ਕਰਕੇ ਉਹਨੇ ਖੁਦ ਹੀ ਮੌਣ ਉੱਤੇ ਚੜ੍ਹਦੀ ਛੰਨੋ ਨੂੰ ਬਾਹਰ ਤੋਂ ਜਾ ਕੇ ਫੜਿਆ ਇੰਨਾ ਕਮਲ ਰੂਪ ਨੇ ਉਸਨੂੰ ਪਿਛਾਂ ਖਿੱਚਦੇ ਆਖਿਆ ਨਹੀਂ ਰੂਪ ਮੈਨੂੰ ਛੱਡ ਦੇ ਮੈਂ ਤੇਰੇ ਪਿਆਰ ਦਾ ਯਕੀਨ ਤੈਨੂੰ ਕਰਾ ਕੇ ਛੱਡਾਂਗੀ ਨਾਲੇ ਮੇਰੀ ਓਖੀ ਜਾਨ ਦਾ ਕਜੀਆਂ ਮੁਕੂ ਚੰਨੋ ਨੇ ਬਾਹ ਚੜਾਣ ਦਾ ਯਤਨ ਕਰਦਿਆਂ ਕਿਹਾ ਤੇ ਰੂਪ ਤੋਂ ਬਾਹ ਚੜਾਉਂਦਿਆਂ ਉਸ ਦਾ ਹੱਥ ਪਿਸਤਲ ਨੂੰ ਲੱਗ ਗਿਆ ਇਹ ਕੀ ਪਿਸਤਲ ਬਸ ਮੈਨੂੰ ਗੋਲੀ ਮਾਰ ਦੇ ਆਪਣੇ ਹੱਥੀਂ ਮਗਾ ਦੇ ਚੰਨੋ ਮੋਤ ਲਈ ਤਰਲਾ ਕਰ ਰਹੀ ਸੀ ਪਰ ਉਸਤੇ ਬੋਲ ਚ ਨਿਗਰਤਾ ਆ ਗਈ ਸੀ ਜਿਵੇਂ ਉਸ ਨੂੰ ਦੁਬਿਧਾ ਚ ਫਸੇ ਨੂੰ ਮੱਸੀ ਰਾ ਲੱਭਾ ਸੀ ਛਿੱਟਾ ਹੋਇਆ ਰੂਪ ਆਪਣੇ ਆਪ ਤੇ ਬਹੁਤ ਪਛਤਾਵਾ ਕਰਨ ਲੱਗਾ ਉਸ ਦਾ ਮਨ ਕਹਿ ਰਿਹਾ ਸੀ ਕਿ ਇਹ ਬਚਨੋ ਨਹੀਂ ਚੰਨੋ ਐ ਜਿਹੜੀ ਤਿੱਖੀ ਤਲਵਾਰ ਉੱਤੇ ਤੁਰ ਸਕਦੀ ਐ ਬੜਾ ਲੋੜ ਆਇਆ ਸੀ ਜੇ ਭੱਜ ਕੇ ਨਾ ਫੜਦਾ ਚੰਨੋ ਦੀ ਦਲੇਰੀ ਨੇ ਰੂਪ ਦੀ ਜਵਾਨੀ ਤੇ ਰੇਤੇ ਦੀ ਪੰਡ ਬਣਾ ਕੇ ਰੱਖ ਦੇਣਾ ਸੀ ਬਸ ਚੰਨੋ ਮੈਂ ਭੁੱਲ ਕੇ ਕਹਿ ਬੈਠਾ ਜਿਵੇਂ ਤੂੰ ਆਖੇਂਗੀ ਉਸੇ ਤਰ੍ਹਾਂ ਮੰਨਾਂਗਾ ਰੂਪ ਦੋਸ਼ੀਆਂ ਦੀ ਹੈਸੀਅਤ ਵਿੱਚ ਅਸਲੋਂ ਲਿਜਿਤ ਸੀ ਮੈਂ ਤੈਨੂੰ ਕੀ ਆਖਣਾ ਮੈਂ ਤਾਂ ਰੱਬ ਨੂੰ ਵੀ ਕੁਝ ਕਹਿਣ ਜੋਗੀ ਨਹੀਂ ਹੈਗੀ ਉਹ ਕੁਝ ਹੋ ਗਿਆ ਜਦੀ ਆਸ ਨਹੀਂ ਸੀ ਇਹ ਤਾਂ ਤੇਰੇ ਵੱਸ ਦੀ ਗੱਲ ਨਹੀਂ ਐ ਤੇ ਨਾ ਹੀ ਮੇਰੇ ਵਸਦੀ ਹਾਂ ਦਿਲ ਦਾ ਪਿਆਰ ਤੈਨੂੰ ਦਿੱਤਾ ਹੈ ਇਹ ਤੇਰੇ ਤੋਂ ਵਾਰ ਦੇਣਾ ਚੰਨੋ ਜਿਉਂ-ਜਿਉਂ ਬੋਲ ਰਹੀ ਸੀ ਤਿਉਂ ਤੋਂ ਅੰਦਰ ਵੱਢਦੀ ਜਾ ਰਹੀ ਸੀ ਰੂਪ ਚੁੱਪਚਾਪ ਸੁਣ ਰਿਹਾ ਸੀ ਤੇ ਹੈਰਾਨੀ ਅਨੁਭਵ ਕਰ ਰਿਹਾ ਸੀ ਕਿ ਚੰਨੋ ਵਰਗੀ ਕੁੜੀ ਵਿੱਚ ਇੰਨੀ ਦਲੇਰੀ ਕਿੱਥੋਂ ਆ ਗਈ ਹਰ ਪਿੰਡੂ ਕੁੜੀ ਦੀ ਜਵਾਨੀ ਨੂੰ ਖਾਮੋਸ਼ ਇਰਾਦੇ ਉਸਾਰਦੇ ਹਨ ਸਮਾਂ ਆਉਣ ਤੇ ਉਹ ਕੁਰਬਾਨੀ ਦੀ ਪੱਠੀ 'ਚ ਅਚੇਜਕ ਛਾਲ ਮਾਰ ਦਿੰਦੀ ਹੈ ਪਰ ਔਰਤ ਹੋ ਜਾਣ ਤੇ ਬੱਜੀ ਸਵਾ ਉੱਤੇ ਪੈਰ ਰੱਖਣ ਤੋਂ ਵੀ ਧਰਬਕਦੀ ਹੈ ਚੰਨੋ ਨੇ ਰੂਪ ਦੇ ਚਿਹਰੇ ਤੇ ਅੱਖਾਂ ਗੱਡਦੇ ਆਖਿਆ ਕੀ ਆਪਾਂ ਹੁਣ ਪਿਆਰ ਨਹੀਂ ਰੱਖ ਸਕਦੇ ਕਿਉਂ ਨਹੀਂ ਰੱਖ ਸਕਦੇ ਰੂਪ ਨੇ ਝਾਟੀ ਚੰਨੋ ਦੇ ਅਸਰ ਉੱਤੇ ਉੱਤਰ ਦਿੱਤਾ ਰੂਪ ਮੈਂ ਤੈਨੂੰ ਭੁੱਲ ਨਹੀਂ ਸਕਦੀ ਇਹ ਪਿਆਰ ਦਰਿਆ ਦਾ ਵਹਿਣਾ ਹੈ ਮੇਰੇ ਵੱਲੋਂ ਦਾ ਜਿਉਂਦੇ ਪ੍ਰਾਣੀ ਮੋੜਿਆਂ ਨਹੀਂ ਮੁੜਨਾ ਤੇ ਤੇਰੀ ਮੈਨੂੰ ਖਬਰ ਨਹੀਂ ਹੈ ਚੰਨੋ ਦੀ ਪਿਆਰ ਵਫਾ ਆਪਣੇ ਆਪ ਚ ਲਹੂ ਰਹੀ ਸੀ ਚੰਨੋ ਤੂੰ ਸੱਚ ਜਾਣ ਮੈਂ ਤਾਂ ਭੁੱਲਣ ਜੋਗਾ ਰਹਿਣਾ ਹੀ ਨਹੀਂ ਹੋਣੀ ਦੇ ਧੱਕੇ ਨੇ ਸਾਨੂੰ ਰੋਣ ਦੀ ਕਸਰ ਨਹੀਂ ਛੱਡੀ ਅੱਛਾ ਜੰਨੋ ਨੇ ਇੱਕ ਲੰਮਾ ਹੌਂਕਾ ਲਿਆ ਤੇ ਕੋਲ ਖਲੋਤੇ ਰੂਪ ਦੀ ਹੀ ਕੁੱਤੇ ਸਿਰ ਰੱਖ ਕੇ ਰੋਣ ਲੱਗ ਪਈ ਐਤ ਕੀ ਰੂਪ ਦੀਆਂ ਅੱਖਾਂ 'ਚ ਵੀ ਪਰਲ ਪਰਲ ਹੰਝੂ ਵਗ ਰਹੇ ਸਨ ਅਤੇ ਉਸ ਦੇ ਬੁੱਲ ਫੜਕ ਰਹੇ ਸਨ ਉਹ ਸੋਚ ਰਿਹਾ ਸੀ ਖੋਰੇ ਆਖਰੀ ਮੇਲ ਹੀ ਐ ਉਹ ਦੁਹਾਈ ਦੇਣਾ ਚਾਹੁੰਦਾ ਸੀ ਉਹ ਇਸ ਜ਼ਾਲਮੋ ਸਾਡੀ ਤਰਸਯੋਗ ਹਾਲਤ ਵੱਲ ਧਿਆਨ ਕਰੋ ਲੋਕੀ ਮਿਲ ਕੇ ਗਦਗਦ ਪ੍ਰਸੰਨ ਹੁੰਦੇ ਨੇ ਤੇ ਅਸੀਂ ਕਿਸੇ ਬੇਕਦਰੀ ਨਾਲ ਮੁੱਕ ਰਹੇ ਹਾਂ ਗੱਭਰੂ ਮੁਟਿਆਰ ਦਾ ਮੇਲ ਜ਼ਿੰਦਗੀ ਨੂੰ ਜਨਮ ਦਿੰਦਾ ਪਰ ਅਸੀਂ ਆਪਣੇ ਮਿਲਾਪ 'ਚ ਉਹ ਮੌਤ ਪੈਦਾ ਕਰ ਰਹੇ ਹਾਂ ਜਿਹੜੀ ਛੱਟਪਟ ਖਾਤਮਾ ਨਹੀਂ ਕਰ ਸਕਦੀ ਸਗੋ ਦਿਲ ਦੇ ਈਰਮਾਨਾਂ ਦਾ ਲਹੂ ਚੂਸ ਚੂਸ ਕੇ ਉਸ ਨੂੰ ਤਰਸਾ ਤਰਸਾ ਕੇ ਮਾਰਦੀ ਹੈ ਇਸ ਤੇਵੀ ਰੱਬ ਦਾ ਕਹਿਰ ਸਮਾਜਿਕ ਹਾਸੇ ਦੀ ਫਟਕਾਰ ਤੁਰਦਿਆਂ ਫਿਰਦਿਆਂ ਲਾਸ਼ਾਂ 'ਚ ਸੇਲੇ ਚੱਬਦੀ ਹੈ ਚੰਨੋ ਨੇ ਭਰਮੀ ਆਵਾਜ਼ ਵਿੱਚ ਜ਼ਿੰਦਗੀ ਦੀ ਹਾਰ ਮੰਨਦਿਆਂ ਕਿਹਾ ਰੂਪ ਤੂੰ ਜਿਉਂਦਾ ਰਹਿ ਮੇਰੇ ਲਈ ਇੰਨਾ ਹੀ ਆਸਰਾ ਬੜਾ ਹੈ ਮੇਰਾ ਇੱਕ ਬਹੁਤਾਂ ਹਿੱਤ ਪਿਆਰ ਕਰਨ ਵਾਲਾ ਦੋਸਤ ਹੈ ਉਹਦੀ ਸਲਾਹ ਲੱਤੀ ਸੀ ਕਿ ਮੈਂ ਕਰਤਾਰੇ ਕੋਲ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਰੂਪ ਨੇ ਗਿਆਨੀ ਦੀ ਦਿੱਤੀ ਹੋਈ ਸਲਾਹ ਨੂੰ ਪ੍ਰਗਟ ਕੀਤਾ ਉਹ ਜਿਸ ਦਾ ਦਿਲ ਮੰਨ ਚੁੱਕਾ ਸੀ ਕਿ ਇਹ ਵੀ ਡੁੱਬਦਿਆਂ ਪੰਨੇ ਨੂੰ ਹੱਥ ਪਾਉਣ ਵਾਲੀ ਗੱਲ ਐ ਉਹ ਬੜਾ ਜਿੱਦੀ ਐ ਕੁੱਲਣ ਕੱਲਣ ਵਿੱਚ ਕੁਝ ਨਹੀਂ ਫਰਕ ਪੈਣਾ ਪਰ ਚੰਨੋ ਅਸਲ ਗੱਲ ਕੀ ਹੋਈ ਕਰਤਾਰਾਂ ਤਾਂ ਸਾਡੇ ਨਾਲ ਪੱਕੀ ਕਰਕੇ ਹੱਸ ਖੇਡ ਕੇ ਆਇਆ ਸੀ ਉਹਨੂੰ ਆਪਣੇ ਪਿਆਰ ਦਾ ਪਤਾ ਲੱਗ ਗਿਆ ਤੇ ਤੁਹਾਡੇ ਪਿੰਡੋਂ ਇੱਕ ਆਦਮੀ ਨੇ ਤੇਰੀ ਬਾਬਤ ਆਖਿਆ ਕਿ ਰੂਪ ਤਾਂ ਬਦਮਾਸ਼ ਐ ਉਹਨੂੰ ਮਾਰਨ ਨੂੰ ਫਿਰਦੇ ਐ ਕੁਛ ਮੈਂ ਫਟ ਗਈ ਬਈ ਮੇਰਾ ਸਾਹ ਉੱਥੇ ਹੀ ਕਰਿਓ ਐਨੀ ਗੱਲ ਤੋਂ ਹੀ ਗੁੱਸਾ ਖਾ ਗਿਆ ਖੋਖਾ ਨੂੰ ਮੂੰਹ ਆਖਣਾ ਸੀ ਰੂਪ ਨੇ ਜ਼ਿੰਦਗੀ ਦੀ ਹਾਰੀ ਬਾਜੀ ਤੇ ਪਛਤਾਵਾ ਕਰਦੇ ਆ ਕਿਹਾ ਬੀਤ ਗਈ ਗੱਲ ਨੂੰ ਘੋੜੇ ਨਹੀਂ ਰਲਦੇ ਜਿਹੜਾ ਦੁੱਖ ਮੈਨੂੰ ਹੋਇਆ ਉਹ ਕਹਿਣ ਸੁਣਨ ਵਾਲਾ ਨਹੀਂ ساری ਉਮਰ ਸੂਲਾਂ ਤੇ ਸੋਨਾ ਪਹਿਣਾ ਕਿੱਥੇ ਫੁੱਲਾਂ ਦੀ ਆਸਾਂ ਸੀ ਰੂਪ ਮੁੜ ਕੇ ਕਹਿਣਾ ਚਾਹੁੰਦਾ ਸੀ ਕਿ ਤੂੰ ਹੁਣ ਵੀ ਫੁੱਲਾਂ ਤੇ ਪੈ ਸਕਦੀ ਐ ਥੋੜਾ ਜਿਹਾ ਜੇਰਾ ਤਾਂ ਕਰ ਪਰ ਉਹ ਚੰਨੋ ਦੇ ਰੋਹ ਬੱਗੇ ਮਾਤ ਪਾ ਗਿਆ ਚੰਨੋ ਨੇ ਰੂਪ ਦੀ ਉਖੜੀ ਹੋਈ ਜ਼ਿੰਦਗੀ ਨੂੰ ਮੁੱਖ ਰੱਖਦੇ ਆਖਿਆ ਹੁਣ ਤੂੰ ਡੋਲਦਾ ਜਿਆ ਨਹੀਂ ਕੋਈ ਚੱਜ ਦਾ ਸਾਖ ਲੈ ਕੇ ਘਰ ਵਸਾਈ ਵਿਆਹ ਕਰਾਈ ਬਿਨਾ ਸਰਦਾਨੀ ਨਾਲੇ ਜਿਹੜੇ ਆਦਮੀ ਐ ਉਹ ਭੜਕਦੇ ਨਹੀਂ ਚੰਨੋ ਦੇ ਨੇਕ ਇਰਾਦਿਆਂ ਤੇ ਖਰੀਆਂ-ਖਰੀਆਂ ਨੇ ਰੂਪ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤੇ ਦਿਲਦਾਰ ਗਰਮ ਲਹੂ ਸ਼ਹਿਦ ਬਣਾ ਕੇ ਰੱਖ ਦਿੱਤਾ ਉਸ ਪਿਆਰੂਲੇ ਦਿਲ ਨਾਲ ਗਿਆ ਭਾਵੇਂ ਲੱਖ ਤਾਰੇ ਚੜ੍ਹ ਪੈਣ ਪਰ ਚੰਦ ਦੀ ਥਾਂ ਕੋਈ ਨਹੀਂ ਪੂਰੀ ਕਰ ਸਕਦਾ ਕੋਈ ਨਾ ਚੋਰਾ ਨਾ ਕਰ ਆਪਾਂ ਨੂੰ ਕੋਈ ਮਿਲਣੋਂ ਨਹੀਂ ਰੋਕ ਸਕਦਾ ਪਰ ਹੁਣ ਤੂੰ ਵਿਆਹ ਜ਼ਰੂਰ ਕਰਾਈ ਹੁਣ ਤੇ ਵਿਆਹ ਹੋਇਆ ਕੀ ਗੱਲ ਫਾਹਾ ਹੋਇਆ ਇੱਕੀ ਬਰਾਬਰ ਐ ਮਰਦਾ ਵਾਂਗ ਹੌਸਲਾ ਰੱਖ ਪਿਆਰ ਦੀ ਤਾਰ ਨਹੀਂ ਟੁੱਟਦੀ ਹਰ ਸਾ ਤੇਰੇ ਤੋਂ ਵਾਰ ਕੇ ਲਾਂਗੀ ਚੰਨੋ ਦੀ ਧਾਰਸ ਨੇ ਰੂਪ ਨੂੰ ਹਲੂਣ ਕੇ ਛੁੱਟ ਛੁੱਟ ਛੱਡਿਆ ਉਹ ਉਸਦੇ ਮਨ ਵਿੱਚ ਇੱਕ ਗੱਲ ਨਹੀਂ ਸੀ ਨਿਕਲਦੀ ਚੰਨੋ ਅਮੋਲ ਮੋਤੀ ਜਾਂ ਮਿਲਦਾ ਹਾਈ ਮੈਂ ਬਾਦਸ਼ਾਹੀਆਂ ਸੱਦ ਕੇ ਲੰਘ ਜਾਂਦਾ ਉਸ ਚੰਨੋ ਦੀ ਰਜਾ ਮੰਨ ਲੈਣ ਵਿੱਚ ਸੁੱਖ ਸਵਾਦ ਸਮਝੀ ਤੇਰੀਆਂ ਸਭ ਸੱਤ ਕਰਕੇ ਮੰਨਾਂਗਾ ਜੋ ਯਾਦ ਰੱਖੇਗੀ ਤਦ ਦਿਨ ਚੰਗੇ ਲੰਘ ਜਾਣਗੇ ਇੱਕ ਹੋਰ ਗੱਲ ਮੈਂ ਆਖਦੀ ਹਾਂ ਹੁਣ ਤੂੰ ਕਪੂਰੀ ਨਹੀਂ ਕਰਤਾਰੋ ਦਾ ਕਰਤਾਰੇ ਦਾ ਸੁਭਾ ਬੜਾ ਭੈੜਾ ਮੈਂ ਤੈਨੂੰ ਲੜਦਿਆਂ ਨਹੀਂ ਵੇਖ ਸਕਦੀ ਚੰਨੋ ਨੇ ਚੇਤਾਵਨੀ ਵੱਜੋਂ ਆਖਿਆ ਮੈਂ ਉੱਕਾ ਨਹੀਂ ਹੋਂਦਾ ਰੂਪ ਨੇ ਚੰਨੋ ਦੀ ਤਸੱਲੀ ਕਰਾ ਦਿੱਤੀ ਅੱਜ ਤੋਂ ਦਿਯਾਲੇ ਕੋਲ ਰਹੇਗਾ ਕਿ ਦਾਤੇ ਨੂੰ ਜਾਏਗਾ ਜ਼ਗੀਰ ਵੀ ਨਾਲ ਹੀ ਹੈ ਕੋੜੀ ਤੇ ਆਏ ਸੀ ਜੇ ਦਿਯਾਲੇ ਨੇ ਜ਼ਿੱਦ ਕੀਤੀ ਤਾਂ ਇੱਥੇ ਰਹਿ ਪਾਵਾਂਗੇ ਨਹੀਂ ਤਾਂ ਦਾਤੇ ਚਲੇ ਜਾਵਾਂਗੇ ਤੁਸੀਂ ਸਿੱਧੇ ਪਿੰਡ ਜਾਓ ਹੋਰ ਕਿਤੇ ਨਾ ਰਹੋ ਚੰਗਾ ਮੈਂ ਜਾਣੀਆਂ ਲੈ ਰੂਪ ਮੈਂ ਤੇਰੇ ਸਨ ਰੱਬ ਐ ਫੁੱਲੀ ਨਾ ਮੇਰੇ ਹੱਡਾਂ ਵਿੱਚੋਂ ਮਰਦੇ ਦਮ ਤਾਈਂ ਤੇਰਾ ਨਾਂ ਨਹੀਂ ਨਿਕਲੂ ਚੰਨੋ ਨੇ ਆਪਣੀ ਵੱਲ ਮੁੜ ਤਸੱਲੀ ਕੀਤੀ ਮੇਰੇ ਵੀ ਸਾਹ ਨਾਲ ਹੀ ਜਾਓ ਖਾਂ ਮੇਰੀ ਸੋਹ ਮੈਨੂੰ ਤੇਰੀ ਸੋਹ ਚੰਨੋ ਰੂਪ ਦੀਆਂ ਲੰਮੀਆਂ ਬਾਹਾਂ ਨੇ ਚੰਨੋ ਨੂੰ ਕੁੱਟ ਕੇ ਹਿੱਕ ਨਾਲ ਲਾ ਲਿਆ ਤੇ ਉਹਨਾਂ ਦੀਆਂ ਨੱਕ ਤੇ ਮੂੰਹ ਦੇ ਰਾਹ ਪਿਆਰ ਦਾ ਸਾੜਾ ਆਲੇ-ਦੁਆਲੇ ਨੂੰ ਫਿਜ਼ਾ ਨੂੰ ਸੰਚਾਰ ਰਿਹਾ ਸੀ ਮੁੜਦੋਵੇਂ ਨੇਰੇ ਦੀ ਪਟਕਣ 'ਚ ਵਿਛੜ ਗਏ ਤੈਨੂੰ 29 ਬਹੂ ਨੂੰ ਫੁੱਲ ਪਾਵਾਂ ਵਿਆਹ ਕਰਵਾ ਮਿੱਤਰਾ ਇਸ ਪਾਰ ਚੇਨਈ ਮਿਲਦੇ ਆ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ